ਮੰਨਣ ਨੂੰ ਤਿਆਰ ਨਹੀਂ ਹੁੰਦਾ ਜਦ ਤੱਕ ਉਸ ਚੀਜ਼ ਨੂੰ ਕਿਸੇ ਵੀ ਚੀਜ਼ ਦੀ ਪ੍ਰਾਪਤੀ ਨਹੀਂ ਹੋਏਗੀ। ਆਮ ਤੌਰ ਦੇ ਉੱਤੇ ਦੇਖੋ, ਕਈ ਵਾਰੀ ਅਸੀਂ ਦੇਖਦੇ ਹਾਂ ਇਸ ਚੀਜ਼ ਨੂੰ, ਕਈ ਐਸੀਆਂ ਉਦਾਹਰਨਾਂ ਪੰਕਤੀਆਂ ਸ਼ਲੋਕ ਸਾਨੂੰ ਯਾਦ ਹੁੰਦੇ ਨੇ, ਇੱਕ ਉਚਾਰਨ ਕਰਦਾ ਮਨ ਅੰਦਰੋਂ ਬੋਲਣਾ ਸ਼ੁਰੂ ਕਰ ਦਿੰਦਾ ਕਿ ਇਹ ਸ਼ਲੋਕ ਮੈਨੂੰ ਆਉਂਦਾ। ਇਹ ਵੀ ਸਭ ਤੋਂ ਵੱਡੀ ਈਗੋ ਹੈ, ਹੰਕਾਰ ਹੈ ਵੀ ਮੈਂ ਜਾਣਨਾ। ਜਦ ਕਿ ਕਰਨਾ ਕੀ ਹੈ, ਇੱਕ ਨੂੰ ਸੁਣਦੇ ਸੁਣਦੇ, ਇੱਕ ਨੂੰ ਯਾਦ ਕਰਦੇ ਕਰਦੇ ਉਸ ਅਵਸਥਾ ਦੇ ਵਿੱਚ ਡੁੱਬਣਾ। ਰਾਮ ਨੂੰ ਯਾਦ ਕਰਦੇ ਹੋਏ ਰਾਮ ਰੂਪ ਹੋਣਾ, ਮਨ ਨੇ ਫਿਰ ਅੰਦਰ ਅੰਧਾਰ ਸੂਖਮ ਅੰਧਾਰ ਦੇ ਦੁਆਰ ਖੜੀ ਕਰ ਦਿੱਤੀ ਹੈ। ਕਹਿੰਦਾ ਮੈਂ ਜਾਣਨਾ, ਜਾਣਦਾ ਵਾਂ ਪਰ ਮੰਨਦਾ ਨਹੀਂ। ਔਰ ਜਦ ਤੱਕ ਮੰਨੇਗਾ ਨਹੀਂ ਜੀਵ ਹੁਕਮ ਨੂੰ, ਗੱਲ ਨਹੀਂ ਬਣਦੀ। ਪਰਿਵਾਰ ਦੇ ਵਿੱਚ ਵੀ ਤੁਸੀਂ ਦੇਖੋ, ਬਾਲ ਬੱਚੇਦਾਰ ਜਿੰਨੇ ਵੀ ਹੈਗੇ ਨੇ, ਮਾਤਾ ਪਿਤਾ ਨੂੰ ਬੱਚੇ ਉਹ ਵੀ ਅੱਛੇ ਲੱਗਦੇ ਨੇ ਜਿਹੜੇ ਮਾਂ ਪਿਓ ਦਾ ਕਹਿਣਾ ਮੰਨਦੇ ਨੇ। ਜੇ ਅਗਰ ਮਾਤਾ ਪਿਤਾ ਨੇ ਕੋਈ ਕੰਮ ਕਿਹਾ, ਬੱਚਾ ਇੱਕ ਦੀ ਬਜਾਏ ਦਸ ਸੁਣਾਏ ਅੱਗੋਂ ਦੀ, ਮਾਂ ਕਹੇਗੀ ਤਾਂ ਕੁਛ ਨਹੀਂ, ਲੇਕਿਨ ਅੰਦਰੋਂ ਦੀ ਤਾਂ ਇਸ ਗੱਲ ਨੂੰ ਸਮਝਦੀ ਹੈ। ਪਿਓ ਵੀ ਸਮਝਦਾ ਵੀ ਹੁਣ ਮੇਰਾ ਵੀ ਪਿਓ ਬਣਨ ਦਾ ਯਤਨ ਕਰਦਾ ਪਿਆ ਹੈ, ਤੇ ਮੇਰਾ ਹੀ ਜੰਮਿਆ ਹੋਇਆ, ਮੇਰਾ ਹੀ ਪਾਲਿਆ ਹੋਇਆ। ਸੋ ਸਾਧਨਾ ਕੇਵਲ ਖੜੀ ਹੀ ਹੁਕਮ ਮੰਨਣ ਦੇ ਉੱਤੇ ਆ। ਗੁਰਬਾਣੀ ਕਹਿੰਦੀ ਹੈ, ਪਹਿਲਾਂ ਮਰਨ ਕਬੂਲ ਜੀਵਨ ਕੇ ਛੱਡ ਆਸ। ਕਹਿੰਦਾ ਇਹ ਕੰਮ ਕਰ ਸਕਦਾ ਤੇ ਆ ਜਾ ਮੇਰੇ ਚਰਨਾਂ ਦੇ ਵਿੱਚ, ਆ ਜਾ ਮੈਂ ਤਾਂ ਤੇਰੇ ਨਾਲ ਉਹਦਾ ਮਿਲਾਪ ਕਰਾ ਦੇ। ਕੋਈ ਵੀ ਚੀਜ਼ ਦਾ ਤੁਸੀਂ ਦੇਖੋ ਜੀਵਨ ਦੇ ਵਿੱਚ, ਕਿਸੇ ਵੀ ਚੀਜ਼ ਨੂੰ ਤੁਸੀਂ ਦੇਖੋਗੇ ਹੈਰਾਨ ਹੋਵੋਗੇ ਇੱਕ ਗੱਲ ਦੇ ਉੱਤੇ। ਕਣਕ ਦਾ ਇੱਕ ਛੋਟਾ ਜਿਹਾ ਬੀਜ ਹੈ, ਪਿੱਪਲ ਦਾ ਛੋਟਾ ਜਿਹਾ ਬੀਜ ਹੈ, ਸਭ ਤੋਂ ਪਹਿਲਾਂ ਆਪਣੀ ਹਸਤੀ ਉਹ ਖਤਮ ਕਰਦਾ, ਆਪਣੀ ਹਸਤੀ ਖਤਮ ਕਰਦਾ। ਤਾਂ ਇੱਕ ਦਾਣੇ ਦੇ ਵਿੱਚੋਂ ਦੀ ਸਿੱਟੇ ਦੇ ਵਿੱਚੋਂ ਕਿੰਨੇ ਕਣਕ ਦੇ ਸਿੱਟੇ ਨਿਕਲਦੇ ਨੇ। ਛੋਟਾ ਜਿਹਾ ਪਿੱਪਲ ਦਾ ਬੀਜ ਹੈ, ਮਿੱਟੀ ਦੀ ਸੰਗਤ ਕਰਦਾ, ਹਵਾ ਦੀ ਸੰਗਤ ਕਰਦਾ, ਪਾਣੀ ਦੀ ਸੰਗਤ ਕਰਦਾ, ਧੁੱਪ ਦੀ ਸੰਗਤ ਕਰਦਾ, ਮਿੱਟੀ 'ਚ ਮਿਲ ਕੇ ਮਿੱਟੀ ਹੁੰਦਾ। ਫਿਰ ਇੱਕ ਦਿਨ ਆਉਂਦਾ ਉਹ ਬੀਜ ਵਿਰਾਟ ਪਿੱਪਲ ਦਾ ਬ੍ਰਿਕਸ਼ ਬਣ ਗਿਆ। ਹਰ ਪਿੱਪਲ ਦੇ ਬੀਜ ਦੇ ਨਾਲ ਕਰੋੜਾਂ ਪਿੱਪਲ ਦੇ ਬੀਜ ਤਿਆਰ, ਔਰ ਜਿੱਥੇ ਜਾ ਕੇ ਡਿੱਗੇਗਾ ਪਿੱਪਲ ਨਵਾਂ ਤਿਆਰ ਹੋ ਜਾਏਗਾ। ਗੁਰਮੰਤਰ ਦਾ ਵੀ ਕੰਮ ਇੰਨਾ ਹੀ ਹੈ ਕਿ ਉਹ ਵੀ ਬੀਜ ਰੂਪ ਦੇ ਵਿੱਚ ਤੁਹਾਡੇ ਅੰਦਰ ਜੋ ਮਹਾਂਪੁਰਸ਼ ਕਹਿੰਦੇ ਨੇ ਸਿਮਰਨ ਕਰੀ ਲਓ, ਜਿਹੜੀ ਯੁਕਤੀ ਕਹਿੰਦੇ ਨੇ ਸਿਮਰਨ ਉਸ ਤਰੀਕੇ ਨਾਲ ਕਰੀ ਲਓ, ਜੋ ਤੇ ਉਸ ਤਰੀਕੇ ਨਾਲ ਚੱਲਣ ਦਾ ਯਤਨ ਕਰੋ ਜੋ ਕਹਿੰਦੇ ਨੇ। ਉਹ ਨਹੀਂ ਵੀ ਉਹਨਾਂ ਨੂੰ ਛੱਡ ਕੇ ਅਸੀਂ ਆਪਣੀ ਵਿੱਚ ਲੱਤ ਅਡਾਉਣੀ ਸ਼ੁਰੂ ਕਰ ਦਈਏ, ਕਿਉਂਕਿ ਮਹਾਂਪੁਰਸ਼ ਜੀਵਨ ਦੇ ਵਿੱਚ ਇੱਕ ਜਾਂਚ ਦੱਸਦੇ ਨੇ, ਮੇਰਾ ਕੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਪਰ ਸੌਂਕ ਕੇ ਕਿਆ ਲਾ ਕੇ ਕਰੂ ਮੇਰਾ। ਕਹਿੰਦਾ ਤੂੰ ਹੀ ਕੋਈ ਤੇ ਹੈ ਸਾਰਿਆਂ ਦੇ ਵਿੱਚ, ਦੱਸ ਅੰਦਰ ਦੀ ਕੋ ਖਤਮ ਕਰਨੀ ਆ, ਹੰਕਾਰ ਖਤਮ ਕਰਨਾ। ਹਾਂਜੀ, ਮਹਾਂਪੁਰਸ਼ ਨੇ ਉਸ ਲੈਵਲ ਦੇ ਉੱਤੇ ਖੜਾ ਕਰਨਾ ਤੇ ਇਮਤਿਹਾਨ ਤੇ ਜ਼ਰੂਰ ਲਏਗਾ, ਪੇਪਰ ਤੇ ਉਹ ਲਏਗਾ। ਹਾਂਜੀ, ਵੈਸੇ ਆਇਆ ਪੇਪਰ ਦੇਣੀ ਆ ਸੰਸਾਰ ਦੇ ਉੱਤੇ, ਜਦੋਂ ਪੇਪਰ ਦੇ ਕੇ ਚੱਲਦੇ ਹੋਣਾ। ਤੇ ਗੁਰੂ ਨਾਨਕ ਦੇਵ ਜੀ ਦੇ ਕਹਿੰਦੇ ਨੇ, ਕਰਮ ਸੱਚਾ ਨਿਸ਼ਾਨ, ਕਹਿੰਦਾ ਨਿਸ਼ਾਨ ਬਣ ਕੇ ਤੇਰੇ ਕਰਮ ਕੀਤੇ ਹੋਏ ਤੇਰੇ ਨਾਲ ਚੱਲਣਗੇ। ਰਾਮ ਨਾਮ ਦੇ ਕਰਮ ਕੀਤੇ ਨਹੀਂ ਜਾਏਗਾ ਸਿੱਧਾ ਵੈਕੁੰਠ ਦੇ ਵਿੱਚ। ਕੁਦਰਤੀ ਇੱਕ ਸੰਤ ਉਹਨਾਂ ਨਾਲ ਮੁਲਾਕਾਤ ਹੋਈ, ਕਹਿੰਦੇ ਨੇ ਵੀ ਅਸੀਂ ਅੱਜ ਤੱਕ ਸੁਣਦੇ ਆਏ ਸੀਗੇ ਕਿ ਇਨਸਾਨੀ ਜਾਮੇ ਦੇ ਵਿੱਚ ਹੀ ਬ੍ਰਹਮ ਦੀ ਪ੍ਰਾਪਤੀ ਆ। ਕਹਿੰਦਾ ਕੁਛ ਐਸੇ ਵੀ ਹੋਏ ਨੇ ਘਟਨਾਵਾਂ ਦੁਨੀਆਂ ਦੇ ਅੰਦਰ ਜਿਹੜੇ ਇਨਸਾਨੀ ਜਾਮੇ ਤੋਂ ਬਿਨਾਂ ਵਿੱਚ ਤੇ
ਪਰਮਾਤਮਾ ਦੀ ਸ਼ਰਨ ਦੇ ਵਿੱਚ ਗਏ ਨੇ। ਉਹਨਾਂ ਨੇ ਉਦਾਹਰਣ ਜਟਾਯੂ ਰਾਜ ਦਾ ਦਿੱਤਾ। ਕਹਿੰਦੇ ਨੇ ਇੱਕ ਪਰਮ ਉਪਕਾਰ ਦਾ ਕੰਮ ਜਟਾਯੂ ਨੇ ਕੀਤਾ ਮਾਤਾ ਸੀਤਾ ਨੂੰ ਬਚਾਉਣ ਵਾਸਤੇ। ਮਾਤਾ ਸੀਤਾ ਨੂੰ ਬਚਾਉਣ ਵਾਸਤੇ ਜੂਝ ਮਰਿਆ ਰਾਵਣ ਦੇ ਨਾਲ, ਦੋਨੋਂ ਵਾਰ ਕੱਟ ਗਏ। ਉਹਦੇ ਵਿੱਚ ਉਸਦਾ ਆਪਣਾ ਨਵੇਂ ਪੈਸੇ ਦਾ ਵੀ ਮਤਲਬ ਨਹੀਂ ਸੀਗਾ, ਕਿਸੇ ਨਾਲ ਕੁਝ ਹੁੰਦਾ ਹੋਏ ਪੰਛੀ ਰਾਜ ਨੂੰ ਕੀ ਜਾਣਾ ਕਿਸੇ। ਲੇਕਿਨ ਕਹਿੰਦੇ ਨੇ ਉਸਨੇ ਇਹ ਕਰਮ ਐਸਾ ਕੀਤਾ ਜਿਸ ਵਕਤ ਭਗਵਾਨ ਰਾਮ ਔਰ ਲਕਸ਼ਮਣ ਸੀਤਾ ਦੀ ਖੋਜ ਕਰਦੇ ਕਰਦੇ ਪਹੁੰਚੇ, ਦੇਖਿਆ ਜਟਾਯੂ ਰਾਜ ਦੀ ਪੋਜੀਸ਼ਨ। ਜਟਾਯੂ ਨੇ ਦੱਸਿਆ ਵੀ ਇਸ ਰਸਤਾ ਮਾਤਾ ਸੀਤਾ ਦਾ ਹਰਨ ਰਾਵਣ ਕਰਕੇ ਲੈ ਗਿਆ ਤੇ ਮੈਂ ਬੜਾ ਯਤਨ ਕੀਤਾ ਉਹਨੂੰ ਰੋਕਣ ਦਾ। ਇੱਕ ਵਾਰੀ ਤਾਂ ਮੈਂ ਉਹਨੂੰ ਜ਼ਖਮੀ ਵੀ ਕਰ ਦਿੱਤਾ ਸੀ, ਲੇਕਿਨ ਫਿਰ ਉਹ ਸੁਰਜੀਤ ਹੋ ਗਿਆ ਤੇ ਹੁਣ ਪ੍ਰਾਣ ਤਿਆਗਣ ਲੱਗਾ। ਤੇ ਭਗਵਾਨ ਰਾਮ ਨੇ ਇੱਕ ਗੱਲ ਕਹੀ, ਕਹਿੰਦੇ ਹੁਣ ਰਾਮ ਲੋਕ ਦੇ ਵਿੱਚ ਜਾਣ ਵਾਸਤੇ ਸੁਤੰਤਰ। ਕਹਿੰਦੇ ਨੇ ਮੈਂ ਤੈਨੂੰ ਆਪਣੀ ਮਹਿਮਾ ਦੇ ਵਿੱਚੋਂ, ਆਪਣੇ ਆਸ਼ੀਰਵਾਦ ਦੇ ਵਿੱਚੋਂ ਤੈਨੂੰ ਮੈਂ ਕੁਛ ਨਹੀਂ ਦੇ ਰਿਹਾ। ਕਹਿੰਦਾ ਤੂੰ ਇੱਕ ਕਰਮ ਜਿਹੜਾ ਕੀਤਾ, ਪਰ ਉਪਕਾਰ ਕੀਤਾ ਦੁਨੀਆਂ ਦੇ ਉੱਤੇ, ਖਾਲੀ ਇੱਕ ਕਰਮ ਦੇ ਨਾਲ ਕਹਿੰਦਾ ਤੂੰ ਸਿੱਧਾ ਵੈਕੁੰਠ ਦੇ ਵਿੱਚ ਜਾ। ਇੱਕ ਕਰਮ ਦੁਨੀਆਂ ਦੇ ਵਿੱਚ ਬੰਧਨ ਦਾ ਕਾਰਨ ਹੈ, ਹਰ ਜੀਵ ਉਸ ਕਰਮ ਦੇ ਵਿੱਚ ਫਸਦਾ ਜਾ ਰਿਹਾ। ਤੇ ਇੱਕ ਕਰਮ ਹੈ ਜਿਹੜਾ ਸਾਰੇ ਕਰਮਾਂ ਨੂੰ ਖਤਮ ਕਰਦਾ ਹੋਇਆ ਉਹ ਰਾਮ ਨਾਮ ਦੇ ਨਾਲ ਲੀਨ ਕਰੀ ਜਾ ਰਿਹਾ, ਉਸ ਪਰਮਾਤਮਾ ਦੇ ਨਾਲ ਲੀਨ ਕਰੀ ਜਾ ਰਿਹਾ। ਹੁਣ ਤੁਸੀਂ ਦੇਖੋ ਇੱਕ ਟਾਈਮ ਆਉਂਦਾ ਛੋਟਾ ਬੱਚਾ, ਮਾਂ ਪਿਤਾ ਮਾਤਾ ਖਾਸ ਤੌਰ ਦੇ ਉੱਤੇ ਬੱਚੇ ਨੂੰ ਉਂਗਲ ਫੜ ਕੇ ਪੜ੍ਹਨਾ ਸਿਖਾਉਂਦੀ ਆ, ਸਕੂਲੇ ਜਾਂਦਾ, ਸਕੂਲ ਜਾਂਦਾ ਪੜ੍ਹਦਾ, ਹੋਰ ਅੱਛੀਆਂ ਕਲਾਸਾਂ ਜਾਂਦਾ, ਹੋਰ ਅੱਗੇ ਪਹੁੰਚ ਜਾਂਦਾ। ਇੱਕ ਟਾਈਮ ਆਉਂਦਾ ਜਿਹੜੇ ਸਕੂਲਾਂ 'ਚ ਪੜ੍ਹਿਆ ਉਸ ਸਕੂਲ ਦੇ ਵਿੱਚ ਹੀ ਉਹ ਪ੍ਰੋਫੈਸਰ ਲੱਗ ਜਾਂਦਾ, ਸਮਾਂ ਆਉਂਦਾ। ਕਿਉਂ ਕਿ ਮਨ ਨੇ ਮੰਨ ਲਈ ਗੱਲ, ਦੁਨਿਆਵੀ ਗੱਲ ਮੰਨਣ ਦਾ ਵੀ ਇੰਨਾ ਗਹਿਰਾ ਰਿਜ਼ਲਟ ਹੈ, ਜੀਵ ਨੂੰ ਕਿਤੇ ਦਾ ਕਿਤੇ ਇਨਸਾਨ ਪਹੁੰਚ ਜਾਂਦਾ ਅਗਰ ਮੰਨ ਲਵੇ ਕਿਸੇ ਦੀ ਗੱਲ। ਜਿਹੜੇ ਹੁਣ ਸਕੂਲ 'ਚ ਨਹੀਂ ਪੜ੍ਹਦੇ, ਮਾਸਟਰ ਵੀ ਕਹਿ ਦਿੰਦਾ ਵੀ ਪਾਸ ਤੇ ਤੂੰ ਤਾਂ ਨਹੀਂ ਸੁਣਦਾ, ਤਾਂ ਹੈ ਨਹੀਂ, ਤੂੰ ਮਾਸਟਰ ਦੀ ਵੀ ਗੱਲ ਨਹੀਂ ਸੁਣਦਾ, ਹੋਰ ਕਿਸੇ ਦੀ ਵੀ ਗੱਲ ਨਹੀਂ ਸੁਣਦਾ, ਤੇਰਾ ਇਲਾਜ ਵੀ ਕੀ ਕਰੀਏ। ਸੋ ਸਾਰਾ ਅਧਿਆਤਮਿਕ ਜੀਵਨ ਕੇਵਲ ਖੜਾ ਮੰਨਣ ਦੇ ਉੱਤੇ, ਹੁਕਮ ਮੰਨ ਲਵੇ, ਏਮ ਬਣਾ ਲਵੇ, ਹੌਲੀ ਹੌਲੀ ਅਭਿਆਸ ਮੈਂ ਆਪਣਾ ਵਧਾਉਣਾ ਹੀ ਵਧਾਉਣਾ, ਘਟਾਉਣਾ ਨਹੀਂ ਆ। ਇੱਕ ਵਾਰੀ ਦੀ ਦੋ ਵਾਰੀ 'ਚ ਬੈਠਣਾ, ਦੋ ਦਾ ਤਿੰਨ ਵਾਰੀ ਬੈਠਣਾ, ਤਿੰਨ ਦਾ ਚਾਰ ਵਾਰੀ ਬੈਠਣਾ, ਰਾਤ ਨੂੰ ਹੀ ਉੱਠਣ ਦਾ ਯਤਨ ਕਰਨਾ, ਆਪਣੇ ਦੇ ਹੁਕਮ ਆਪ ਚਲਾਉਣਾ, ਨਾ ਕਿ ਕਿਸੇ ਦੇ ਉੱਤੇ ਮੈਂ ਹੁਕਮ ਚਲਾਵਾਂ। ਤੇ ਸਵਾਮੀ ਬਣੇ ਹੀ ਉਹ ਨੇ ਜਿਨ੍ਹਾਂ ਨੇ ਸਵਾਮੀ ਦੇ ਉੱਤੇ ਨਿਯੰਤਰਣ ਪਾਇਆ, ਪ੍ਰੇਮ ਨਾਲ, ਸ਼ਰਧਾ ਨਾਲ, ਵਿਸ਼ਵਾਸ ਨਾਲ। ਹੁਣ ਕਬੀਰ ਸਾਹਿਬ ਨੇ ਬੜੇ ਸੁੰਦਰ ਵਚਨ ਕਹੇ, ਸਮਝਾਉਂਦੇ ਨੇ ਮਨ ਨੂੰ, ਚੱਲ ਰਹੇ ਮਨ ਤੋਂ ਜੇ ਵੈਕੁੰਠ ਲੈ ਚੱਲੋ, ਨਾ ਚਾਲੇ ਤਾਂ ਪ੍ਰੇਮ ਕੇ ਚਾਬਕ ਲਗਾਉਂਦਾ ਰਹੇ, ਹੱਥ ਨਹੀਂ ਕੀਤਾ, ਪ੍ਰੇਮ ਸ਼ਰਧਾ ਨਾਲ, ਵਿਸ਼ਵਾਸ ਨਾਲ ਅੱਗੇ ਵਧਣ ਦਾ ਮਾਰਗ ਹੈ। ਲੇਕਿਨ ਸਤਸੰਗ ਮਿਲ ਜਾਏ ਉਸ ਸ਼ਿਖਰ ਦੇ ਉੱਤੇ ਬੰਦੇ ਦੇ ਅੰਦਰ ਪੋਜ਼ਿਟਿਵਿਟੀ ਆ ਜਾਂਦੀ ਹੈ ਜਿਹੜੀ ਉਹਨੇ ਕਦੀ ਸੋਚੀ ਨਹੀਂ। ਨਹੀਂ ਤਾਂ ਅਗਰ ਨੈਗੇਟਿਵਿਟੀ ਵਿਅਕਤੀ ਦੀ ਕਿਸੇ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ
And ini gari ya, agar manne thaan lagi tan marna, kau tuh koi jenuh. Bade-bade ahmi ne atmahatya karna teh. Kyo iman jaa gaya, bicara jangan lah gaya. Agar jana ya dunia chhad ke tirao samran karte hoye jao, duniya puniya pun karte hoye jao. Chaurasi lakh juni de vichon di chhutkara koi nahi nikal ke janda. केवल एक कोई रास्ता भगवान कृष्ण ने जदा अर्जुन नु समझाया कहता अर्जुन तेरे को कुछ नहीं होता तू मेरी शरण ले जा अपने अपने महापुरुषां नु जिन्नो तुसी मनदे हो प्राचीन काल से जिन्ने महापुरुष हुए ने ओना दे चरणा दे विच दंडवत वंदना करते जाओ शरणागति अवस्था जी रहना शुरू कर दे हो रोज विनती करो सात गुरु पार उपारा लाए 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 हो बैठे इस प्रकार कहने कंधा तू अपनी छाड़ के मेरी शरण जा जा जिन्ना ने साल कुछ देना वो ऐनी गल कहते हैं लेकिन असि अपना ताना पाना मुड़न तो बाज नहीं आते ऐनी जबरदस्त गहरी अवस्था बन गई है ताना पाना मुड़न दी रात में सुते पै भी नहीं बाज आता सुते पै भी चैन को कई जगह नींद नहीं आती की करिए सो ਕਹਿੰਦਾ ਪਾਵਾ ਇਹ ਪ੍ਰੇਮ ਦਾ ਸ਼ਰਧਾ ਦਾ ਵਿਸ਼ਵਾਸ ਦਾ ਇੰਨਾ ਗਹਿਰਾ ਮਾਰਗ ਹੈ ਜਿੰਨੀ ਜਿੰਨੀ ਸੰਗਤ ਕਰੋਗੇ ਉਸ ਦਾ ਪ੍ਰਭਾਵ ਜੀਵਨ ਦੇ ਉੱਤੇ ਹੋਏਗਾ ਹੀ ਹੋਏਗਾ ਠੱਗਣਾ ਕਿਨੂੰ ਸਭ ਤੋਂ ਵੱਡੇ ਪੰਜ ਠੱਗ ਤੇ ਸਾਡੇ ਅੰਦਰ ਹੀ ਬੈਠੇ ਉਹਨਾਂ ਤੋਂ ਜਾਨ ਛੁਡਾਣੀ ਹੈ ਦੇਖਿਆ ਅਰਬਾਂ ਪਤੀ ਹੋਏ ਨੇ ਖਰਮਾਂ ਪਤੀ ਹੋਏ ਨੇ ਅਖੀਰ ਤੇ ਰੋਟੀ ਖਾਣ ਦਾ ਵੀ ਹੁਕਮ ਕੋਈ ਨਹੀਂ ਡਾਕਟਰ ਕਹਿੰਦੇ ਅਭੀ ਖਾ ਨਹੀਂ ਸਕਦਾ ਸਰੀਰ ਕੰਮ ਨਹੀਂ ਕਰਦਾ ਲੀਵਰ ਕੰਮ ਨਹੀਂ ਕਰਦਾ ਹੋਰ 3600 ਬਿਮਾਰੀਆਂ ਲੇਕਿਨ ਦੁਖੀ ਹਾਲਤ ਦੇ ਵਿੱਚ ਵੀ ਅਗਰ ਇਨਸਾਨ ਆਪਣੇ ਸਰੂਪ ਨੂੰ ਸਮਝਦਾ ਆਪਣੇ ਸਰੂਪ ਨਾਲ ਰੋਜ਼ ਜੁੜਨ ਦਾ ਅਭਿਆਸ ਕਰਦਾ ਤੇ ਉਹ ਪ੍ਰਭੂ ਜੀ ਸੰਭਾਲ ਕੇ ਇਹੋ ਹੀ ਕਹੇਗਾ ਗੁਰਮੁਖ ਕਦੇ ਹੋਵੇ ਨਾ ਬੁੱਢਾ ਕਿਉਂਕਿ ਉਹ ਸਭ ਚੇਤਨ ਆਨੰਦ ਅਵਸਥਾ ਨੂੰ ਪਛਾਣਦੇ ਨੇ ਉਸ ਸਰੂਪ ਦੇ ਵਿੱਚ ਰਹਿਣਾ ਜਾਣਦੇ ਨੇ ਤੇ ਜਿੰਨਾ ਜਿੰਨਾ ਸਾਡਾ ਇਹ ਅਵਸਥਾ ਬਣ ਜਾਏ ਉਸ ਦੀ ਕਿਰਪਾ ਦੇ ਨਾਲ ਇੱਕੋ ਸਵੇਰੇ ਉੱਠਦੇ ਸਾਰ ਪ੍ਰਾਰਥਨਾ ਪਿਤਾ ਦੇ ਚਰਨਾਂ 'ਚ ਕਰਿਆ ਕਰੋ ਦਾਤਾ ਨਾਮ ਦੀ ਦਾਲ 'ਤੇ ਚਰਨ ਕਰਨਾ ਵੀ ਪ੍ਰੀਤ 'ਤੇ ਬਸ ਇਹ ਮਿਲਣੀ ਸ਼ੁਰੂ ਹੋ ਗਈ ਸਮਝ ਲਓ ਸਭ ਕੁਛ ਮਿਲਣਾ ਸ਼ੁਰੂ ਹੋ ਗਿਆ ਹਾਂਜੀ ਹੁਣ ਕੋਈ ਭੈਣ ਜੀ ਭਜਨ ਬੋਲਣਾ ਚਾਹਣ ਇਹਨਾਂ ਦੇ ਵਿੱਚੋਂ ਦੀ ਹਾਂਜੀ